ਜਦੋਂ ਗੁਰੂ ਅਰਜਨ ਦੇਵ ਜੀ ਦਾ ਮਾਓ ਪਿੰਡ 'ਚ ਵਿਆਹ ਹੁੰਦਾ ਨਾ, ਅਤੇ ਉੱਥੋਂ ਦੇ ਲੋਕ ਕਹਿੰਦੇ ਜੀ ਸਾਡੇ ਇੱਕ ਰਿਵਾਜ਼ ਆ ਕਿ ਵਿਆਹ ਵਾਲੇ ਮੁੰਡੇ ਨੂੰ ਨਾ ਇੱਕ ਕਿੱਲਾ ਪੱਟਣਾ ਪੈਂਦਾ ਉਮੇਜੇ ਦੇ ਨਾਲ। ਉਹ ਕੀ ਕਰਦੇ, ਇੱਕ ਜੰਡ ਦਾ ਦਰਖਤ ਹੁੰਦਾ, ਉਹਨੂੰ ਜਾਣ ਕੇ ਉੱਪਰ ਉੱਪਰ ਵੱਢ ਦਿੰਦੇ ਆ, ਅਤੇ ਉਹ ਇੱਦਾਂ ਲੱਗਦਾ ਜਿਵੇਂ ਧਰਤੀ 'ਚ ਕਿੱਲਾ ਗੱਡਿਆ ਹੁੰਦਾ, ਪਰ ਉਹ ਹੁੰਦਾ ਦਰਖਤ ਹੀ ਜਿਹੜਾ ਉੱਪਰੋਂ ਵੱਢਿਆ ਗਿਆ ਹੁੰਦਾ। ਅਤੇ ਗੁਰੂ ਅਰਜਨ ਦੇਵ ਜੀ ਘੋੜਾ ਇੰਨੀ ਤੇਜ਼ੀ ਨਾਲ ਭਜਾ ਕੇ ਲਿਆਉਂਦੇ ਆ ਨਾ, ਅਤੇ ਨੇਜੇ ਨਾਲ ਉਹ ਕਿੱਲਾ ਪੱਟ ਦਿੰਦੇ ਆ, ਪਰ ਘੋੜੇ ਦੀ ਥਾਂ 'ਤੇ ਹੀ ਮੌਤ ਹੋ ਜਾਂਦੀ ਆ। ਇਸ ਤੋਂ ਸਾਨੂੰ ਪਤਾ ਲੱਗਦਾ ਕਿ ਗੁਰੂ ਅਰਜਨ ਦੇਵ ਜੀ ਨੇਜ਼ੇਬਾਜ਼ੀ ਦੇ ਵਿੱਚ ਵੀ ਬਹੁਤ ਨਿਪੁੰਨ ਸਨ।